ਇਸ ਨੂੰ ਹੁਕਮ ਦੀ ਤਾਮੀਲ ਹੋ ਗਈ, ਬਾਦ ਵਫਾ ਹੋ ਗਿਆ, ਹਜ਼ੂਰ ਦੀਆਂ ਜ਼ਿਆਰਤਾਂ ਨਸੀਬ ਹੋ ਗਈਆਂ, ਸਰਕਾਰ ਦਾ ਬਹੁਤ ਵੱਡਾ ਮਦਾ ਖਾਨ ਹੈ ਜਾਫਰੀ ਸਾਹਿਬ, ਅਤੇ ਉਹ ਜਿਹੜੇ ਸਾਡੇ ਵਰਗੇ ਹੁੰਦੇ ਨਾ ਉਹਨਾਂ ਕੋਲੋਂ ਤਾਂ ਬੰਦਾ ਡਰਦਾ ਸ਼ਰਦਾ ਕਹਿ ਨਹੀਂ, ਅਤੇ ਇਹੋ ਜਿਹੇ ਵੱਡਿਆਂ ਸਾਕਰਾਂ ਕੋਲੋਂ ਡਰ ਲੱਗਦਾ ਹੈ। ਆ ਜਿਹੜੇ ਮਤਲਬ ਜਿਹੜੇ ਸਾਡੇ ਤਰ੍ਹਾਂ ਹੁੰਦੇ ਨਾ ਉਹਨਾਂ ਕੋਲੋਂ ਕਹਿਣਾ, ਅਤੇ ਜਿਹੜੇ ਇਹੋ ਜਿਹੇ ਹੁੰਦੇ ਨਾ ਇਹੋ ਜਿਹੇ ਕੋਲੋਂ ਭੁੰਡੇ ਸਰ ਮਾਈਕੋ ਤਾਂ ਡਰ ਲੱਗਦਾ ਹੈ। ਮੈਂ ਆਇਆ ਤਾਂ ਉਸ ਕਹਿ ਸਹੀ ਪੜ੍ਹਦੇ ਹੋ, ਮੈਂ ਕਿਹਾ ਅਗਰ ਰੋਟੀ ਖਵਾਵੇ ਤਾਂ ਵੱਤ ਨਿਮੀ ਪੜਦਾ। ਉਹਨਾਂ ਕਹਿੰਦੇ ਖਵੈਂਦੇ ਆ, ਮੈਂ ਕਿਹਾ ਯਾਰ ਵੱਤ ਮੈਂ ਬਾਹਵੇ ਨਾ, ਅਤੇ ਹੁਣ ਵੀ ਮੈਂ ਬੈਠਾ ਰਿਹਾ ਕਈ ਨਾਲ ਕਾਵੜ ਸ਼ਵੜ ਦਾ ਕਹਿ ਨਹੀਂ, ਕਿਉਂਕਿ ਇਹ ਸਰਕਾਰ ਦੇ ਜੋ ਵੀ ਸਰਕਾਰ ਦਾ ਮੱਦਾ ਹੈ ਉਹ ਡਾਢਾ ਹੈ। ਸਾਨੂੰ ਬਜ਼ੁਰਗਾਂ ਮੱਤ ਦਿੱਤੀ ਹੈ ਕਿ ਬੇਟਾ ਕਿਸੇ ਦੀ ਇੱਜ਼ਤ ਕਰੋ, ਸੋ ਕੋਈ ਤੁਹਾਡੀ ਗਰ ਸੀ। ਹੁਣ ਮੈਂ ਜੋ ਬਰਾਬਰ ਹੈ ਹਰ ਕਹੀਂ ਦੇ ਉੱਠਦਾ ਖੜਾ ਰਹਾਂ, ਜੇ ਖੜੋ ਮੈਂ ਕੋਈ ਪੜਾਉਂਦੇ ਹਰ ਬੰਦੇ ਕੋਲ ਇਵੇਂ ਬੰਦਾ ਖਵਾਵੇ ਤਾਂ ਠੀਕ ਨਹੀਂ, ਬਸ ਠੀਕ ਹੈ ਹੋ ਗਿਆ, ਦਾਦ ਵਾਹਵਾ ਸੁਭਾਨ ਵਾਲਾ ਸਾਰਾ ਦਿਨ ਹੋ ਗਿਆ, ਅਤੇ ਦਿਨ ਰੇਤ ਹੋਣ ਵਾਲਾ ਜੇ ਤੱਕ ਮਜਲਿਸ ਸੀ ਤੁਸੀਂ ਦਾਦਾ ਦੇਵਣੇ, ਹੁਣ ਮੇਰੇ ਬਾਰੇ 'ਚ ਸਾਹੀ ਕੱਢੋ, ਰੈਸਟ ਕਰੋ, ਸਕੂਨ ਕਰੋ, ਸਕੂਨ ਨਾਲ ਸੁਣੋ ਜੋ ਮੈਂ ਆਦਾ ਪਿਆ। ਬਾ ਫੈਜ਼ ਖੂਬੀ ਏ ਤਦਬੀਰ ਹਰ ਨਮਾਜ਼ ਕੇ ਬਾਅਦ, ਅਗਰ ਬਿਲਕੁਲ ਸਾਦੇ ਜਿਹੇ ਲਫ਼ਜ਼ ਹਨ ਜਿਹੜੇ ਮੈਂ ਸ਼ੁਰੂ ਕਰ ਲੈਣ, ਅਤੇ ਦਾਦ ਸ਼ਾਦਾਰੀ ਇੱਥੇ ਗੱਲ ਕੋਈ ਨਹੀਂ ਹੁੰਦੀ, ਸਾਦੇ ਲਫ਼ਜ਼ ਬਾ ਫੈਜ਼ ਖੂਬੀ ਏ ਤਦਬੀਰ ਹਰ ਨਮਾਜ਼ ਕੇ ਬਾਅਦ, ਸੰਵਰਤੀ ਜਾਤੀ ਹੈ ਤਕਦੀਰ ਹਰ ਨਮਾਜ਼ ਕੇ ਬਾਅਦ, ਸੰਵਰਤੀ ਜਾਤੀ ਹੈ ਤਕਦੀਰ ਹਰ ਨਮਾਜ਼ ਕੇ ਬਾਅਦ, ਉਭਾਰ ਲੇਤਾ ਹੂੰ ਦਿਲ ਪੇ ਕਬੂਲੀਅਤ ਕੀ ਸਨਦ, ਉਭਾਰ ਲੇਤਾ ਹੂੰ ਦਿਲ ਪੇ ਕਬੂਲੀਅਤ ਕੀ ਸਨਦ, ਮੈਂ ਕਰਕੇ ਮਾਤਮ ਏ ਸ਼ਬੀਰ ਹਰ ਨਮਾਜ਼ ਕੇ ਬਾਅਦ। ਜੀ ਮੈਂ ਫਿਰ ਰੱਖਦਾ, ਮੈਂ ਫਿਰ ਰੱਖਦਾ ਸੀ, ਮੈਂ ਫਿਰ ਨੌਕਰ ਕਿਹਾ ਤਾਂ ਨਖਰਾ ਕਿਹਾ, ਕਿਉਂਕਿ ਮੈਂ ਮੁਹਾਜਰ ਹਾਂ ਅਤੇ ਮੈਂਬਰ ਤੇ ਸਰਕਾਰ ਦੀ ਡਿਊਟੀ 'ਚ ਹਾਂ, ਅਤੇ ਸਿੱਖ ਦਾ ਵਧਾ ਅਜੇ ਤੱਕ ਇਹਨਾਂ ਦੇ ਦਰ ਦੀ ਗਦਾਗਰੀ ਦੇ ਵੱਲ। ਇਹ ਨਮਾਜ਼ ਜੋ ਬੰਦਾ ਪੜ੍ਹਦਾ ਹੈ ਅਤੇ ਨਮਾਜ਼ ਜਿਹੜੇ ਵੇਲੇ ਮੁਕੈਂਦਾ ਹੈ ਉਸ ਵੇਲੇ ਕਿੱਥਾਂ ਬੰਦਾ ਹੈ, ਉਹ ਜਿਹੜੇ ਥੱਲੇ ਬੰਦ ਹੈ ਉਹ ਕਿਆ ਸੜਦੇ ਨੇ, ਨਹੀਂ 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 ਨਮਾਜ਼ ਮੁਕਾ ਕੇ ਅਤੇ ਮੁੜ ਬੰਦਾ ਬਣਦਾ ਹੈ, ਉਹ ਜਿਹੜਾ ਵਾਹ ਕੇ ਅਤੇ ਮੁੜ ਉੱਥੇ ਉਹ ਪੜ੍ਹੀਂਦਾ ਹੈ ਅਤੇ ਉਹ ਮੁੜ ਸਲਾਮ ਪੜ੍ਹੀਂਦਾ ਹੈ ਅਤੇ ਉਹ ਕਿਆ ਹੁੰਦਾ ਹੈ। ਆ ਚੁੱਕੇ ਲਫ਼ਜ਼ ਹੀ ਹੋ ਜਾਏ ਨਾ ਬਈ, ਕਈ ਅੰਦਾਜ਼ ਵਿੱਚ ਆਖਿਆ ਪੈਂਦਾ, ਇਸੇ ਵਾਸਤੇ ਮੈਂ ਤੁਹਾਡੇ 'ਤੇ ਸੱਟ ਛੁੜੇਨਾ, ਕਿਆ ਕਿਆ ਸੜਦੇ ਨੇ ਉਹ ਬੜੇ ਬੜੇ, ਮਤਲਬ ਵੀ ਤੂੰ ਪੜ੍ਹੇ ਹੋਇਆ ਹੈ ਕਿਸ ਹੈ, ਹੈਂ ਜੰਗ ਦੀ ਬੋਲੀ ਚ ਪੂਰਾ ਆਖਿਆ ਹੀ ਨਹੀਂ ਮੈਂਦਾ ਤਸ਼ਹਦ, ਆ ਮੈਨੂੰ ਆਉਂਦਾ ਹੈ ਚੁੱਪ ਚੁੱਪ ਚੁੱਪ, ਮੈਂ ਚੁੱਕੇ ਲੁਤਫ ਹੀ ਵੱਸਦਾ ਹੈ ਕਿਆ ਸੜਦੇ ਨੇ। ਅੱਛਾ ਜਿਹੜੀ ਜਿਹੜੀ ਬੋਲੀ ਚ ਜਿਹੜਾ ਜਿਹੜਾ ਲਫ਼ਜ਼ ਆਖੋ ਇਹੋ, ਜਿਹੜੇ ਵੇਲੇ ਬੰਦਾ ਨਮਾਜ਼ ਪੂਰੀ ਕਰਕੇ ਅਤੇ ਮੁੜ ਨਮਾਜ਼ ਦੇ ਆਖਰੀ ਮਰਹਲੇ ਦੇ ਵਿੱਚ ਆ ਕੇ ਬੰਨਦਾ ਹੈ ਅਤੇ ਉਹ ਪੜ੍ਹਦਾ ਹੈ ਅਤੇ ਪੜ੍ਹ ਕੇ ਅਤੇ ਮੁੜ ਨਮਾਜ਼ ਮੁਕਾ ਲੈਂਦਾ ਹੈ ਅਤੇ ਮੁੜ ਬੰਦਾ ਸਲਾਮ ਫਿਰੇਂਦਾ ਹੈ। ਇਹ ਰੁਬਾਈ ਮੈਂ ਜਨਾਬ ਦੇ ਹੁਕਮ ਦੀ ਤਾਮੀਰ 'ਚ ਪਰਸਾਂ ਆਏ, ਮੈਨੂੰ ਗੱਲ ਇਜਾਜ਼ਤ ਦੇ ਵਿੱਚ ਆ, ਮੁੜ ਬੰਦਾ ਜਿਹੜਾ ਨਾ ਬੰਦਾ ਨਮਾਜ਼ ਪੂਰੀ ਕਰਕੇ ਨਾ ਅਤੇ ਮੁੜ ਉਹਦੇ ਬਾਅਦ ਸਲਾਮ ਫਿਰੇਂਦਾ ਹੈ। ਇਵੇਂ ਅਈਂ ਫਿਰਿੰਦਾ ਹੈ, ਫਿਰਿੰਦਾ ਹੈ, ਤੁਸਾਂ ਕਿਆ ਕਰਦੇ ਹੋ, ਕਿਆ ਹੈ, ਮੈਂ ਕੁਛ ਸਮਝ ਨਹੀਂ ਆਈ ਅੱਜ ਤੱਕ। ਮੁਹੰਮਦ ਰਫੀਕ ਲੋਹਾਰ ਸਾਹਿਬ ਆਹ ਜਿਹੜਾ ਬੰਦਾ ਬੈਠਾ ਹੁੰਦਾ ਸੀ ਆਹ ਜਿਹੜਾ ਆਹ ਕਰਿੰਦਾ ਆਹ, ਅਤੇ ਮੈਨੂੰ ਅੱਜ ਤਾਂ ਸਮਝ ਨਹੀਂ ਆਈ। ਸ਼ਾਇਦ ਕਿ ਉਤਰ ਜਾਏ ਤੇਰੇ ਦਿਲ ਮੇਂ ਮੇਰੀ ਬਾਤ,
तू इतना ही इंचा करना ठीक है आए जेड़ा ना ए, ए, आए ये क्या है मैं करके मातम में शब्बीर हर नमाज के बाद जी 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 शोरकोट ते जंग ते एडे एडे वड्डे सुलझे लोग मेरे सामने ते मेरी क्या मजाले हुण ते अक्सर बंदे जेड़े ना अक्सर जेड़े बंदे ना अक्सर बंदे इत्थां ही आ गए ना जी बच्चा नहीं आ साईयां ते दर्द ठाठियां सिर्फ ओ ना होवे मस्जिद की चटाई पे पड़े रहते हैं दिन रात सरवर के अजाखाने पे सर खम नहीं करते सजदों में हुआ कातल मोहम्मद का नवासा ये कैसे नमाजी है जो मातम नहीं करते जी 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 मेहरबानी जी बहुत मेहरबानी जी बड़ी मेहरबानी जी बहुत मेहरबानी सही 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 मेहरबानी सही मेहरबानी जी 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 पहले भाई दे हुक्म दी तामील कर लवा पहले भाई दे हुक्म दी तामील कर लवा जी जी मैं पढ़ता ये पढ़ता मैं पहले ओ दे हुक्म दी तामील कर लवा अच्छा मैं दो में पूरियां कर देना बा फैज खूबी ये तदबीर हर नमाज के बाद बड़ी मुश्किल जी बात है बहुत मुश्किल जे अंदाज जो गुजरना पड़ता है बा फैज खूबी ये तदबीर हर नमाज के बाद संवरती जाती है तकदीर हर नमाज के बाद हर कहीं दी कहना 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 हर कहीं दी कहना उभार लेता हूं दिल पे कबूलियत की सनद मैं करके मातम में शबीर हर नमाज के बाद यकीन हो गया कबूल है कोई बंदा मैं कोई चैलेंज आखे कबूल है मैं आधा कबूल होंगी ए कबूल है ओही कबूल है ए कबूल है ओही कबूल है ए कबूल है तो ओ कबूल है मस्जिद की चटाई पे पड़े रहते हैं दिन रात जितने सरकार दे मद्दा तशरीफ फरमाओ न्याले मौला नरादी में मैं बैठा रहे हूं तुसा बैठे रहो सब मैं सात आठ बंदे पढ़ाए ना तो ना सत्त आठ बंदे दे हिस्से दा मैं पढ़ना तो तुसा बैठे रहो हां भी बिल्कुल बैठे रहो भाई हुसैन ओ मिन्नी वाना मिनल हुसैन एदा माना के बनदा है कोई शक शुक तो कोई नहीं ਵੇਖ ਲਓ ਮਤਾ ਮੁੜ ਬਈ ਕੋਈ ਤਾਰੀਖ ਮਤਲਬ ਉਹ ਬੈਤਾਂ ਦੀ ਮਤਲਬ ਕੋਈ ਰਾਵੀ ਜ਼ਈਫ ਹੋਵੇ ਜਾਂ ਮਤਲਬ ਕਿਤਾਬ ਕੋ ਪੁਰਾਣੀ ਹੋਵੇ ਪੱਕੀ ਗੱਲ ਹੈ ਇਹਦਾ ਮਾਨਾ ਹੀ ਹੋਏ ਅੱਛਾ ਹੁਸੈਨ ਮੁਝ ਸੇ ਮੈਂ ਹੁਸੈਨ ਸੇ ਸੇ ਅਗਰ ਤੁਸਾਂ ਵਾਜ਼ੇ ਕਰੋ ਤਾਂ ਮੋੜੀ ਹੱਦ ਬੜੀ ਏ ਅੱਗਾਂ ਤੇ ਜੇ ਅਗਰ ਹੁਸੈਨ ਮੇਰੇ ਵਿੱਚੋਂ ਤੇ ਮੈਂ ਹੁਸੈਨ ਵਿੱਚੋਂ ਇਹਦੀ ਹੱਦ ਮੁੱਕੀ ਖੜੀ ਏ ਵਿੱਚੋਂ ਮਾਨਾ ਇਹੋ ਬਣਦਾ ਏ ਮੈਂ ਆਖਣ ਤੇ ਮਜਬੂਰ ਹਾਂ ਕਿਸੇ ਨੂੰ ਚੰਗੀ ਲੱਗੇ ਤੇ ਭਾਵੇਂ ਨਾ ਵੀ ਅੱਲਾ ਦਾ ਨਬੀ ਪੇ ਫਰਮਾਇਦਾ ਹੈ ਹੁਸੈਨ ਮੇਰੇ ਵਿੱਚੋਂ ਮੈਂ ਹੁਸੈਨ ਵਿੱਚੋਂ ਹੁਸੈਨ ਮੈਂ ਹੁਸੈਨ ਹੁਸੈਨ ਮੇਰਾ ਮੈਂ ਹੁਸੈਨ ਦਾ ਹੁਸੈਨ ਦਾ ਘਰ ਮੇਰਾ ਘਰ ਮੇਰਾ ਘਰ ਹੁਸੈਨ ਦਾ ਘਰ ਮੇਰਾ ਜ਼ਿਕਰ ਹੁਸੈਨ ਦਾ ਜ਼ਿਕਰ ਹੁਸੈਨ ਦਾ ਜ਼ਿਕਰ ਮੇਰਾ ਜ਼ਿਕਰ ਹੁਸੈਨ ਦੀ ਮਜਲਿਸ ਮੇਰੀ ਮਜਲਿਸ ਮੇਰੀ ਮਜਲਿਸ ਹੁਸੈਨ ਦੀ ਮਜਲਿਸ ਹੁਸੈਨ ਦਾ ਕਾਤਿਲ ਮੇਰਾ ਕਾਤਿਲ ਹੁਸੈਨ ਦਾ ਦੁਸ਼ਮਣ ਮੇਰਾ ਦੁਸ਼ਮਣ ਮੇਰਾ ਦੁਸ਼ਮਣ ਅੱਲਾਹ ਦਾ ਦੁਸ਼ਮਣ ਹੁਸੈਨ ਦੇ ਮੰਨਣ ਵਾਲਾ ਮੇਰੇ ਮੰਨਣ ਵਾਲਾ ਮੇਰੇ ਮੰਨਣ ਵਾਲਾ ਅੱਲਾਹ ਦੇ ਮੰਨਣ ਵਾਲਾ ਹੁਸੈਨ ਦਾ ਬਾਰਗਾ ਮੇਰੀ ਬਾਰਗਾ ਹੁਸੈਨ ਦੀ ਬਾਰਗਾ ਮੇਰੀ ਬਾਰਗਾ ਮੇਰੀ ਬਾਰਗਾ ਹੁਸੈਨ ਦੀ ਬਾਰਗਾ ਹੁਸੈਨ ਦੀ ਮਜਲਿਸ ਮੇਰੀ ਮਜਲਿਸ ਮੇਰੀ ਮਜਲਿਸ ਹੁਸੈਨ ਦੀ ਮਜਲਿਸ ਮੇਰਾ ਅਜ਼ਾ ਖਾਨਾ ਆਏ ਅਜ਼ਾ ਖਾਨਾ ਮੇਰਾ ਅਜ਼ਾ ਖਾਨਾ ਹੁਸੈਨ ਦਾ ਅਜ਼ਾ ਖਾਨਾ ਹੁਸੈਨ ਦਾ ਅਜ਼ਾ ਖਾਨਾ ਮੇਰਾ ਅਜ਼ਾ ਖਾਨਾ ਸਾਡੇ ਤੇ ਬੰਦਾ ਬੰਦਾ ਇਤਰਾਜ਼ ਵਾਦਾ ਕਰਦਾ ਵੀ ਜਿਹੜੀ ਹੈ ਨਾ ਹੁਬਦਾਰ ਤੇ ਅਜ਼ਾਦਾਰ ਇਹ ਆਪੇ ਤੁਸੀਂ ਸਮਝ ਲਓ ਮੈਂ ਸਿਰਫ ਦੋ ਲਫ਼ਜ਼ ਆਖੇ ਨੇ ਹੁਬਦਾਰ ਤੇ ਅਜ਼ਾਦਾਰ ਇਹ ਵੱਡੇ ਇੱਕ ਹੁੰਦੇ ਨੇ ਮੈਨੂੰ ਕੋਈ ਨਹੀਂ ਹੁੰਦਾ ਸ਼ੋਦੇ ਉਹਨਾਂ ਕੋ ਤਾਰੀਖ ਦਾ ਮੁਤਾਲਾ ਦੇ ਨਾ ਕੋਈ ਪੜ੍ਹੇ ਲਿਖੇ ਦੇ ਨਾ ਕੋਈ ਕੋਈ ਤਾਰੀਖ ਦਾਨ ਕੋਈ ਨਹੀਂ ਹੁੰਦੇ ਇਹ ਤਾਂ ਦਿਲਵਾਈ ਮੈਂ ਹੁਸੈਨ ਹੁਸੈਨ ਤੇ ਅਲੀ ਅਲੀ ਕੀਤੇ ਰੱਖੇ ਬਾਕੀ ਨੂੰ ਕੋਈ ਪਤਾ ਕੋਈ ਨਹੀਂ ਤੇ ਅਮਲ ਹੀ ਕੋਈ ਨਹੀਂ ਹੁੰਦਾ ਇਹਨਾਂ ਦੇ ਕੋਲ ਨਮਾਜ਼ ਹੀ ਪੜ੍ਹਦੇ ਹੀ ਕੋਈ ਨਹੀਂ ਪਤਾ ਹੀ ਕੋਈ ਨਹੀਂ ਅੱਛਾ ਭਾਈ ਤੂੰ ਨਮਾਜ਼ੀ ਵੀ ਹੈ
تے تاریخ دان بھی ہیں بقول تیرے اساں نماز نہیں پڑھتے. تو پڑھتا ہے نا تے مڑ آئے میری گل دا جواب دے بھی مسجد کی چٹائی پہ پڑے رہتے ہیں دن رات, سرور کے عزا خانے پہ سر خم نہیں کرتے. مینوں تو آدھا تینوں آدھی نہیں, تین تو آدھی ہے نا, تو پھر سجدوں میں ہوا قاتل محمد کا نواسا, یہ کیسے نمازی ہے جو ماتم نہیں کرتے. جی بہت مہربانی, بہت مہربانی, بہت مہربانی. یہ سب تمہارا کرم ہے آقا کے بات اب تک بنی ہوئی ہے. یہ تھا ہے میرے مولا حضرت امام حسین علیہ السلام دی, دعائیں میرے مرشد بابا حضرت محمد کریم کندر شہنشاہ بادشاہ جی. اتھائی کسی دا بن جا علی تک ہاتھ نہ گت. ہاں میں علی آلا تے میں علی آلا تے میں علی آلا منہ ویکھ بڑے کلندرا دا, میں علی دی گلی دا ساگا تو آنا میں علی آلا. بڑے آکھ تھوڑا دے اپنے آپ دی اوقات تے رہو جتھوں تائیں ہیں اٹھائیں تائیں ہاتھ پا اگا نہ اترے تائی رہ جو تک اوقات ہے ایتھے کسے دا ہو جا. اوے بڑے تو سچ دی گواہی دے, تو سچ چلے راہ تے ٹریا جا, ایدو ایدو جھوٹ تیرے دیواراں بنا لونیاں انہاں نو ویکھ ہی نہ. تو سچ چلے ٹریا جا, تو علی دے ناں دی تسبیح پڑھ, بس وہ تسبیح پڑھ ودا علی دے دشمن ایدو ایدو تینوں جیویں گھریندے جاون تو میں آواز بلند کرے جا, علی حق 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 علی حق. جیویں تیرے نال فوجاں کٹھیاں ہوندیاں جاسن, ہر کوئی اپنے آپ مردا جا سی پچھا ڈھاندا جا سی, تو انہاں سارے تو اگا ود کے مڑ چاکھے علی حق. سارا دے تو لبدا ہی جھوٹ بنا ہے, آو بھی جھوٹا تھی آو بھی میں اگلے دو تھی گیا تھی وہ تھے بندے سائیا سارے جھوٹا میں گیا تھی. اچھا یہ تو معلوم ہویا سات چالے پاسے تو ہیں کوئی نہ, بڑے سات چالے نو کیا ہی لوڑ ہے جھوٹ وے کھن دی. وہ بڑے ان بندہ اپنے پیو نو وے کھے یا انکار کرے بندے خدا دیا تو مقدرہ آلا تینو پیو مل گیا ہے, پیو آلا ہوندہ ہی ہوئے جڑا علی آلا ہوئے. بسم اللہ جی 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 ایک بندہ تقریر پہ کر رہا تھا, اس نے کہا جی جناب حضرت سلیمان نو بڑا دل شوق پیدا ہویا بھائی مینو چاہیے جناب حضرت سلیمان بن داؤد نو بڑا شوق پیدا ہوا جو مینو چاہیے تو مینو لیا دیو, مینو چاہیے تو مینو لیا دیو. اگر تم اپنے بیٹھے ہو میں جاننا وہ گل ہے جی جناب سلیمان بن داؤد دا شوق ہویا بڑا شوق ہویا مینو جلدی لیا دیو. آ ویکھے بندہ رفیق لواری ہو جائے بندہ بندہ آکھے بھی تمہیں سمجھ کوئی نہیں آئی جڑے ساتھو اگا ہو کے بیٹھے نے کون تخت بلکیس بندے آکھے تخت بلکیس تخت بلکیس تخت بلکیس میں حال حال جو کھتو سن میں کو بڑے حوصلہ کر اس کہ جناب سلیمان بن داؤد دا شوق میں دیو تخت بلکیس میں نام دے بغیر کتا نہیں پڑھا جندا جے کر برداشت ہو تے نیاز مولا معافی میں انہوں آکھے میں کہ تو ہے کر کھولو میں نا زہرا کی صدا تم سے رقم ہو سکتی نہیں. وہ بندے خدا چپ کر, زہرا کی صدا تم سے رقم ہو سکتی نہیں, زہرا کی کنیزوں کا تعارف ہی کرا دو. زہرا کی صدا تم سے رقم ہو سکتی نہیں, زہرا کی کنیزوں کا تعارف ہی کرا دو. وہ بندے خدا دیا بلکیس کبھی تخت کی خواہش نہ کریں گی, کچھ دیر کو فضا کی چٹائی پہ بٹھا دو. جی 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 مہربان جی بھلا ہوئے بسم اللہ یا علی یا علی جی مہربانی جی بہت مہربانی بہت شکریہ بہت مہربانی بہت شکریہ بہت مہربانی بہت شکریہ. سات محرم یا با اختلاف روایت اٹھ محرم سرکار
مولا حضرت امام حسین علیہ السلام 9 لاکھ دے مخاطب ہو کے فرماتے پن او اپنی مرضی دے بنے ہوئے مسلمانوں سات محرم یا با اختلاف روایت 8 محرم عشق دی دنیا نو دعوت دینا پیا سرکار فرماتے او اپنی مرضی دے بنے ہو مسلمانوں میں حسین ہاں تہاڈے نصیب وچ نہیں ہاں میں حسین ہاں خیالاں چ تہاڈے خیالاں چ او اپنی مرضی دے بنے ہوئے مسلمانوں تہاڈے اپنے خیالاں چ تہاڈے پاسے راجے ساڈے پاسے بھکھے تہاڈے خیالاں چ تہاڈے کول شربتن ساڈے کول پیاس ہے تہاڈے خیالاں چ میں حسین فیصلہ پہ کردا جنگ دے پورے ضلع دا مجمع بعد روح چو اگر اگر پسند آ جائے نوکری تو دعا کر سکنی ہے شاہ جانے تیرا جانے او اپنی مرضی دے بنے مسلمانوں تواڈے خیال وچ تواڈے پاسے راج ساڈے پاسے بھوک تارے کول شربت سارے کول پیاس میں حسین فیصلہ پہ کردا اگر ساڈیاں بھکھیاں تسیاں چ کوئی ہک تواڈے لے لگا گیا تساں جیت گئے مہربانی 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 تھوڑا جا حوصلہ تھوڑا جا حوصلہ تھوڑا جا حوصلہ تھوڑا جا حوصلہ اگر ساڈیاں بھکھیاں تسیاں چ کوئی ہک تواڈے لے لگا گیا تسیں جیت گئے اگر تواڈے رجیاں ہویاں چ کوئی ہک ساڈے لے آ گیا کوئی ہک ساڈے لے آ گیا مڑ سا جیت گئے 10 محرم دی صبح صادق نے چہرے تو نقاب ہٹاون دا ارادہ کیتا شہنشاہ وفا ٹوئے مولا حضرت امام حسین علیہ السلام دے قدماں تے ہتھ لایا تے چھوٹی جی مسکراہٹ نال سرکار وفا عرض کرے مولا مولا او ویکھو نا رات بھر سویا نہیں کروٹ بدل کر آ گیا جی بسم اللہ مولا مولا او ویکھو مولا او ویکھو او ویکھو رات بھر سویا نہیں جڑے بندے آئے جڑے علاقہ نا آئے علاقہ اے بندے آٹے چ وال نہ وال چ وال کٹ لیندے نے او بریک لوگ نے جڑے بیٹھے میرے سامنے تہاڈے سامنے عرض پہ کرنا سرکار وفا عرض کرے نے مولا حضرت امام حسین علیہ السلام دی بارگاہ وچ مولا 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 او ویکھو نا او ویکھو رات بھر سویا نہیں کروٹ بدل کر آ گیا ہاتھ باندھے شاہ کے قدموں میں چل کر آ گیا اور کو آتا دیکھ کر اور کو آتا دیکھ کر عباس نے شاہ سے کہا مولا وہ دیکھو کوئلے کی کان سے ہیرا نکل کر آ گیا واہ 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 بھائی پیا دے پیاسیاں چو ہک کی وہ ایک کوثر دے مالک ہاں پہلے ہائی مجرم ہور پہلے ہائی بس میں اک جھمکن تو پہلے اک جھمکن تو پہلے مجرم ہائی اک جھمکن دے بعد علیہ السلام ہو گیا اور علیہ السلام کیا حسین تیری کریمی ہے بھائی تھوڑا کرم ہے بڑے ایسے علاقے والوں پہ تھا حسین مہاجر اگلا لفظ یہ دی بجیا ہے بندے اوویں ہاتھ نہیں ملائیں دے تے ویکھو کیڈے شوق نال بندے سنتے پے نو مینوں صرف مہاجر سمجھ کے سنتے پے نہ 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 حسینی مہاجر سمجھ کے اعوذ باللہ السمیع من الشيطان اللين الرجيم بسم الله
ਰਾਮ لله رب العالمين وال عاقبۃ للمتقين صلاة وسلام على اشرف الانبياء والمرسلين الذي كيلا في شانه وما ارسلك الا رحمه للعالمين صلاه وسلام على علي بن ابي طالب غالب على كل غالب امام المشارق والمغارب وامام المتقين جو پھول سے وابستہ ہو کلی کہتے ہیں ہر چیز کے خالق کو جلی کہتے ہیں قاتل کو جو شربت سے بھرا جام پلا دے ہم ایسے ہی عادل کو علی بسم اللہ مہربانی سونا دی سونی رین دیندا ہے سونا 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 دی سونی رین دیندا ہے سکون راحت تے چین دیندا ہے یہ بندہ تاں وچ وسیلہ بندا ہے پیسے میں کو حسین بہت مہربانی بہت شکریہ میں تھوڑا ڈھیر سارا وقت لے لیا بس آپ دے روح دی کوئی لگن جی میں ایویں چھیڑ گئی ہے وہی دے تانوں لئی جاواں تے بس تساں ہی لگے جلسو تے میں ہی لگا جلساں تے اگو ہے سائیاں دے عشق دا ایڈا وڈا گہرا سمندر ਉਹਦੇ ਚ ਗੋਤਾ ਸਨ ਹੋਣ ਵਾਸਤੇ ਇੱਥਾਂ ਹੀ ਬੰਦਾ ਕਹੀਂ ਦਾ ਹੋ ਜਾਵੇ ਮੁੜ ਜਿਹੜਾ ਮੁੜ ਲੁਤਫ ਵਿੱਚ ਬਦਲ ਆਉਂਦਾ ਹੈ ਇੱਥਾਂ ਹੀ ਕਿਸੇ ਦਾ ਹੋ ਜਾ ਹੁਣ ਮੰਨ ਲੈ ਤੇ ਮੁੜ ਸੋਚ ਨਾ ਉਹ ਤੈਨੂੰ ਅਗਲੇ ਰਾਹ ਸਿੱਧੇ ਕਰਦੇ ਸੀ ਇੱਥੇ ਕਿਸੇ ਦਾ ਹੋ ਜਾ ਥੋੜ੍ਹਾ ਜਿਹਾ ਸਾਦਾ ਜਿਹੜੇ ਨਾ ਮੇਰੇ ਵਰਗੇ ਜਿਹੜੇ 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 ਮੇਰੇ ਵਰਗੇ ਛੂਹਰ ਛੂਹਰ ਬੈਠੇ ਹੋ ਉਹਨਾਂ ਤਾਂ ਇਹ ਮੇਰੀ ਮਜਲਿਸ ਸੁਣ ਲਈ ਆ ਜਿਹੜੇ ਮੇਰੇ ਮੇਰੇ ਵਰਗੇ ਛੂਹਰ ਛੂਹਰ ਬੈਠੇ ਹੋ ਨਾ ਤੁਹਾਡੇ ਹਿੱਸੇ ਦੀ ਮਜਲਿਸ ਹੋ ਗਈ ਤੁਸੀਂ ਸੁਣ ਲਈਏ ਹੁਣ ਜਿਹੜੇ ਆ ਇਸ ਦੌਰ ਦੇ ਛੂਹਰ ਛੂਹਰ ਨਾ ਇਹਨਾਂ ਤੋਂ ਕੋਲ ਥੋੜ੍ਹੀ ਜਿਹੀ ਦਾਦ ਲੈ ਲਵਾਂ ਇਵੇਂ ਜਲਦੀ ਜਲਦੀ ਲੈ ਲਵਾਂ ਇਹ ਇਜਾਜ਼ਤ ਪੜ੍ਹਨ ਸਕਦਾ ਨਾ ਉਹ ਤੋਂ ਵੱਡਾ ਹੈ ਜੰਨਤ ਤਿਆਰ ਉੱਥੇ ਤੇ ਅਲੀ ਰਹਿੰਦਾ ਹੀ ਉਹ ਤੂੰ ਵੱਡਾ ਹੈ ਜੰਨਤ ਤਿਆਰ ਉੱਥੇ ਤੇ ਅਲੀ ਰਹਿੰਦਾ ਹੀ ਉਹ ਤੂੰ ਵੱਡਾ ਹੈ ਜੰਨਤ ਤਿਆਰ ਉੱਥੇ ਤੇ ਅਲੀ ਓਏ ਤੂੰ ਓਏ ਤੂੰ ਓਏ ਤੂੰ ਓਏ ਤੂੰ ਓਏ ਤੂੰ ਓਏ ਤੂੰ 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 ਓਏ ਵੱਡਾ ਹੈ ਜੰਨਤ ਤਿਆਰ ਉੱਥੇ ਤੇ ਅਲੀ ਰਹਿੰਦਾ ਹੀ ਉਹ ਤੂੰ ਵੱਡਾ ਹੈ ਜੰਨਤ ਤਿਆਰ ਉੱਥੇ ਤੇ ਅਲੀ ਆਏ ਨਵੇਂ ਰੰਗ ਦੇ ਨਾਰੇ ਆ ਗਏ ਹੁਣ ਬਿਸਮਿਲ੍ਲਾ ਆਓ ਵੇਖ ਲੈ ਖੈਰ ਹੋਵੇ ਅਲੀ ਦੇ ਮਲੰਗਾ ਦੀ ਦੁਨੀਆ ਆ ਜਾ ਬੇ ਜ਼ਾਹਿਰ ਵਿਚਾਲੇ ਤਕੰਗਾਲ ਹੁੰਦੇ ਨੇ ਪੀਂਦੇ ਨੇ ਸਦਾ ਕੀਮਤੀ ਮੈਂ ਖਦੀ ਦੀ ਨਜ਼ਰ ਵਿੱਚ ਵਹਾਬੀ ਦੀ ਬੇਮਾਲ ਹੁੰਦੇ ਨੇ ਸਿਕੰਦਰ ਉੱਤੇ ਤੱਕ ਨਹੀਂ ਪਾਉਂਦੀ ਇਹਨਾਂ ਦੀ ਸਿਕੰਦਰ ਜਾਂ ਮਰਦਨ ਤਕੰਗਾਲ ਹੁੰਦੇ ਨੇ ਅਲੀ ਦੇ ਮਲੰਗ ਦੇ ਨਾ ਦੁਨੀਆ ਤੋਂ ਟੁੱਟਦੇ ਨੇ ਮਲੰਗਾਂ ਦੇ ਵਿੱਚ ਲਾਲ ਕੁਛ ਲਾਲ ਹੁੰਦੇ ਨੇ ਬਸ ਬੱਦਾਂ ਹੈ ਜੰਨਤ ਤਿਆਰ ਸ਼ਾਬਾਸ਼ ਭਾਈ ਸ਼ਾਬਾਸ਼ ਹੌਲੀ ਹੌਲੀ ਲੱਗੇ ਆਓ ਕਿਤੇ ਗਿਆ ਹੈ
بڑا لیٹ آئے تو ودا ہے جنت تیار اے اٹھ تے علی رہندا اے او تو ودا ہے جنت تیار اے اٹھ تے علی رہندا اے اوے تو ودا ہے جنت تیار اوے اٹھ تے علی رہندا اے قران دی قسم اے ہوندے بچڑے ہن سردار اے اٹھ تے علی رہندا اے بڑی مہربانی بڑی مہربانی بہت شکریہ بڑی مہربانی اے جڑے عزادار نے تے ہوبدار نے جڑے عزادار نے تے ہوبدار نے بندہ بندہ ساڈے تیتراز پتہ کہ دیندا اے اے جڑے ہوبدار نے تے عزادار نے اے بڑے ہک ہوندے نے سونیے سونیے مسیتاں ہوندیاں نماز پڑھن امدے نے اے جڑے عزادار نے تے ہوبدار نے اے جڑے عزادار تے ہوبدار نے سونیے سونیے مسیتاں ہوندیاں تے نماز پڑھن امدے نے تے صف تے سجدہ نہیں کریندے موڑ سب سونی کلینا دے وچ نے کلینا تے نہیں کریندے موڑ سب سعودی دے وچ سونے سونے تے کولے کولے تے ریشمی تے نویں نویں تے کولے کولے تے نرم نرم جان ماد وچ نے او دے تے سجدہ نہیں کریندے مایا کہ تے تینو کاوڑ کے ہی سجدہ نہیں کریندے کدے کریندے او سک بوجھ وچ لئی ودے اک مٹی دی ٹکڑی شاید کہ اتر جائے تیرے دل میں میری بات بوجھ وچ لئی ودے مٹی دی ٹکڑی میں کہ کاوڑ ہی ہے حق جنوں خاک شفا دین جنوں سجدہ گا دین وہ سامنے رکھ دین وہ دے اتے سجدہ کریں دین ایمیں نہیں ہوں دا میں کہا کبڑی نہ شبیر کی الفت نے ہے خوددار بنایا ہم لوگ مساجد میں بسیرا نہیں کرتے اوے ناراض نہ ہو کیاوڑ نہ کر مٹی بھی منگائی ہے تو اپنی ہی زمین سے ہم غیر کی جاگیر پہ سجدہ نہیں کرتے مجلس دے وچ آونا چاہیدا ہے رل مل کے اتھوں باہنا چاہیدا ہے منکر دا گاٹا بھنن کتے اچا نارا لاونا چاہیدا ہے تو ودا ہے جنت بولو بولو سخی صاحب زیور لہ گئے نشان رہ گئے زیور لہ گئے نشان رہ گئے توک لہ گئے زخم رہ گئے جی 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 زیور لہ گئے نشان رہ گئے توک لہ گئے زخم رہ گئے ہو منسے مزاج علاقے دے منسے مزاج لوگاں ہو عرصہ دراز دے بعد مدت طویل دے بعد میں انسان ہاں میں بندہ میں دل ہی رکھداں روح ہی رکھداں او دے وچ اے سارے درد میں چھپائی ونا انہاں تے میرے تے جتنا کا اثر ہوندا ہے نا او تانوں نہیں پتا وہ مینو پتہ ہے مدت طویل دے بعد نوئے پیو تے پتر آزاد ہتھاں نال آزاد پیراں نال آزاد گردن نال آزاد سینے نال دربار چو زندان دے پاسے وکھرے وکھرے ہو کے مرضی نال ٹر پئے جی 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 وکھرے وکھرے ہو کے اپنی مرضی نال جی 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 ہائے ہائے جب سبھی رومن جب سبھی رون جڑے بعد جی بندے کو لفظ یاد کر 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 تے بندہ روندا ودا رہے اپنے آپ نال گلاں کر کر کے روندا ودا رہے جو مدت طویل دے بعد وکھرے وکھرے ہو کے اپنی مرضی نال دربار چوں زندان دے پاسے ٹر پئے ظالم سجاد وطن تے ول ونج
तेरी कैद रहा है हुसैन दे गैरत दे मरीज पुत्र दी अखीं दा पानी जमीन ते ढठा जालिमा तेरे जेवर लह गए हूं आजाद हूं वतन ते वल मन हूं वतन ते वल मन वतन दा नाम आया सजाद दे चुके खून दे जमीन ते ढठे जिगर ते हाथ रख के पहली बारी अपनी टेक नाल अपनी मर्जी नाल सजाद मिट्टी ते बैठा ते शोरकोट दी इस बारगाह च बह के सुन ते रोवण आलो अज अपनी मर्जी नाल बाकिर बादशाह मिट्टी ते बह के अपने फटे पुराने चोले दे दामन नाल बाबे दियां अखीं दी रत साफ कर के कहदे बाबा जेवर लह गए हूं ता ना रो बाबा हुण तां ना रो जालिम दा सजाद कैदी कैद तू रिहा होवे कैदी दी कैद रिहा होवे ओह खुश हुंदा तू रोना है सजाद फरमांदा खुश ओह हुंदा जिन्हां दा कोई बच गया होवे मेरा कौन रह गया है मैं तां वत वत रोना जालिम तां रो ना वतन ते वल कर सो बर्दाश्त अज इतने सैयद बैठे हो तशीफ फरमा एक दम आफ़ चकरा दूजा मैं हकीर दे हके दुआ चकरा मैं दर्द पढ़ लवा जाले मादे वतन ते वाल वंज रो ना सजाद फरमाए मैं रोवना है जिंदगी भर मैं जिंदगी च रोवना है मैं कफर च रोवना मैं कबर च रोवना है मैं माशरे च रोवना है मेरा तो रोवना जिंदगी बन गई मेरी मौत रोवन मेरा जीवन रोवन तैं मैं को लुटिया है जदा है जो मैं कबर दिया कंधा तक मैं माशर दे नहीं तक रोमना है ते मैं को लुटिया है जदा कर ले सो बर्दाश्त जाले मादा सजा ते को मैं नहीं लुटिया ते को मैं नहीं लुटिया माफ करे ते को मैं नहीं लुटिया हुसैन दे गैरत दे मरीज पुत्र दा जिगर ते हाथ आया हुण अपनी ताकत नाल सजाद उठाए तेरी अखां चखां पा के फरमाइंदे ने तैं नहीं लुटिया जालिमा दे मैं नहीं लुटिया सजाद फरमाइंदा ते वत कै लुटिया है कर ले सो बर्दाश्त वत कै लुटिया है जालिमा दे मेरियां फौजां ਮੇਰੀਆਂ ਫੌਜਾਂ ਲੁੱਟਿਆ ਹੈ ਹੁਸੈਨ ਦਾ ਗੈਰਤ ਦਾ ਮਰੀਜ਼ ਪੁੱਤਰ ਠੱਡਾ ਸਾਹਿਬ ਬਾਰ ਕਹਿੰਦਾ ਫੌਜਾਂ ਤੇਰੀਆਂ ਹਨ ਆਰਡਰ ਤੇਰਾ ਹਾਈ ਹੁਕਮ ਤੇਰਾ ਹਾਈ ਲੁੱਟਣ ਵਾਲੇ ਤੇਰੇ ਹਨ ਤੇ ਜ਼ਾਲਿਮਾ ਤਾਂ ਇਹਦੇ ਵਿੱਚ ਕੋਈ ਝੂਠ ਨਹੀਂ ਸੱਚ ਹੈ ਆਰਡਰ ਮੇਰਾ ਹਾਈ ਫੌਜਾਂ ਮੇਰੀਆਂ ਹਨ ਭੇਜੀਆਂ ਮੈਂ ਹਨ ਲੁੱਟਣ ਵਾਲੇ ਮੇਰੇ ਹਨ ਆਰਡਰ ਮੇਰਾ ਹਾਈ ਲੁੱਟੇਂਦੇ ਮੇਰੇ ਆਖਣ ਤੇ ਰਹੇ ਨੇ ਮਗਰ ਇਹ ਸ਼ਾਮ ਹੈ ते मैं शाम में चाह मैं करबला च कोई नस मैं करबला च कोई नस लुटन वालियां फौजां मेरियां आर्डर मेरा हुक्म मेरा लुटेरे मेरे मेरे आखण तो लुटेंदे रहे पर मैं शाम में चाह मैं करबला कोई नस मैं करबला कोई नस सजाद दा जिगर ते हथ है सजाद फरमाते मान लिया हुक्म तेरा ही आर्डर तेरा ही फौजी तेरे हन लुटण वाले तेरे हन तू करबला च ना हावें ते शाम सुन दे बेटे आदा मैं शाम तो मौजूद हम हुण तरफिया सजाद तू शाम मौजूद आवें जालिम आदा मैं करबला च कोई ना मैं शाम ता हम ਸ਼ਾਮ ਤਾਂ ਮੌਜੂਦ ਆ ਮੁੰਡੇ ਦਾ ਕਿਹੜਾ ਬੰਦਾ ਬਰਦਾਸ਼ਤ ਕਰੇਂਦਾ ਸਜਾਦ ਦਾ ਜਿਗਰ ਤੇ ਹੱਥ ਆਇਆ ਹੈ ਸਜਾਦ ਫਰਮਾਇਦਾ ਕਿਆ ਇਵੇਂ ਲੋਗ ਕਰੇ ਦੇਹਨ ਮਹਿਮਾਨ ਕੋ ਘਰ ਬੁਲਵਾ ਕੇ ਉਹ ਮੇਰੀ ਬੇਵਾ ਭੈਣ ਦਾ ਡਾਜ ਲੁਟਾਇਆ ਈ ਮੇਰੀ ਮਾਂ ਦੀ ਨਸਾਂ ਮੁਕਾਜੇ ਹਾਏ ਹੁਸੈਨ ਜੀ 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 ਤੁਹਾਡੇ ਵੇੜੇ ਵਸਣ ਬਾਣੀ ਮਿਲਣ ਦਾ ਵੇੜਾ ਵਸੇ ਤੁਹਾਡੇ ਸਾਡੇ ਸਾਰਿਆਂ ਦੇ ਵੇੜੇ ਵਸਣ ਕਿਆ ਹੀ ਵੇ ਲੋਗ ਕਰੇ ਦੇਨ ਮਹਿਮਾਨ ਕੋ ਘਰ
ਬੁਲਵਾ ਕੇ ਉਹ ਮੇਰੀ ਬੇਵਾ ਭੈਣ ਦਾ ਦਾਜ ਲੁਟਾਇਆ ਈ ਮੇਰੀ ਮਾਂ ਦੀ ਨਸਾਲ ਮੁਖਾ। ਅਗਲੀ ਗੱਲ ਔਖੀ ਏ, ਅਗਲੀ ਗੱਲ ਔਖੀ ਏ ਮੇਰੀਆਂ ਪਰਦਾਦਾਰ ਮਾਵਾਂ ਭੈਣਾਂ ਧੀਆਂ, ਤੁਹਾਡੇ ਵਾਸਤੇ ਬਹੁਤ ਔਖੀ ਏ। ਤੇ ਬਹੁ ਦਸਨ ਮਨਾਏ ਨੀ ਸ਼ਾਮ ਦੇ ਵਿੱਚ ਮੇਰਾ ਅਕਬਰ ਕਤਲ ਕਰਾ ਕੇ ਉਹ ਦੱਸ ਕਿਆ ਮਿਲਿਆ ਈ ਮੇਰੀ ਮਾਂ ਉਜੜੀ ਖੂ ਬੇਗੈਰਤਾ ਵਿੱਚ ਤੁਰਵਾ ਆਦੀ ਆਈ ਰਾਜ ਮੇਰੇ ਨਾਲ ਬੇਵਾ ਭਰ ਜਾਈਆਂ ਆਦੀ ਆਈ ਪੱਥਰ ਨਾ ਮਾਰੋ ਮੈਂ ਤੁਹਾਡੇ ਨਬੀ ਦੀ ਧੀ ਦੀ ਧੀ। ਇਹ ਵੇਖਣ ਜਨਾਬ ਦੇ ਸਾਹਮਣੇ।